ਇੱਥੋਂ ਦੱਸਿਆ ਕਿ ਰਾਜੇ ਸਾਹਿਬ ਹੁਣ 1932 ਦੇ ਵਿੱਚ ਜ਼ਿਆਦਾ ਸਰਗਰਮ ਰਹੇ ਸਰ ਇਹ ਇਤਲਾਤ ਮੁਤਾਬਕ ਹੈ ਕਿ ਉਸ ਤੋਂ ਪਹਿਲਾਂ ਵੀ 1928 ਜਾਂ ਇਸ ਤੋਂ ਪਹਿਲਾਂ ਜਿਹੜਾ ਰਸਤਾ ਇਸਨੇ ਵੀ ਉਹਨਾਂ ਇੱਕ ਉਰੀਅਤ ਪਸੰਦਾਨਾ ਕਿਰਦਾਰ ਉਹਨਾਂ ਦੇ ਸਾਹਮਣੇ ਰੱਖਣਾ ਰਿਹਾ ਔਰ ਮਤਲਬ ਕਸਟਮ ਚੌਕੀਆਂ ਦੇ ਖਿਲਾਫ਼ ਉਹਨਾਂ ਦੀ ਕਾਰਵਾਈਆਂ ਇਸ ਤਰ੍ਹਾਂ ਨੇ ਇਹ ਵੀ ਥੋੜ੍ਹੀ ਤਫਸੀਲ ਅੱਗੇ ਜੀ ਇੱਥੇ ਦੋਸਤ ਫਰਮਾ ਰਹੇ ਜੀ ਇਹ ਮੈਂ 1932 ਦਾ ਜ਼ਮਾਨਾ ਉਹ ਕਹਿੰਦਾ ਜਿਸ ਵਕਤ ਉਹ ਉਸ ਤਾਰੀਖ ਨੂੰ ਕਾਮਯਾਬੀ ਨਾਲ ਹਮਕਿਨਾਰ ਕਰ ਚੁੱਕੇ ਸਨ ਇਹ 1928 ਦਾ ਜ਼ਮਾਨਾ ਹੈ ਅਤੇ ਚੂੰਕਿ 1932 ਜਿਹੜੀ ਹੈ ਨਾ ਉਹ ਮੁਸਲਿਮ ਕਾਨਫਰੰਸ ਦਾ ਜਿਹੜਾ ਜਿਹੜੀ ਇਬਤਾਈ ਅਕਤੂਬਰ 1932 ਵਿੱਚ ਮੁਸਲਿਮ ਕਾਨਫਰੰਸ ਦਾ ਵਜੂਦ ਅਮਲ 'ਚ ਆਇਆ ਅਤੇ ਇਸ ਵਾਸਤੇ ਮੈਂ 1932 ਦਾ ਜ਼ਿਕਰ ਕਰਦਾ ਵਰਨਾ ਵਾਲਦੇ ਮਰਹੂਮ ਨੇ 1928 'ਚ ਆਪਣੀ ਮੁਲਾਜ਼ਮਤ ਜਿਹੜੀ ਪੁਲਿਸ ਮੁਲਾਜ਼ਮਤ ਸੀ ਉਹ ਤਰਕ ਕਰਕੇ ਕਸਟਮ ਸ਼ਿਕਨੀ ਦੇ ਨਾਂ 'ਤੇ ਥਕਿਆਲੇ ਪਰਾਵੇ ਵਿੱਚ ਜਿਹੜੀ ਹੈ ਨਾ ਉਹ ਤਾਰੀਖ ਸ਼ੁਰੂ ਕੀਤੀ ਕਸਟਮ ਸ਼ਿਕਨੀ ਇਹ ਥਕਿਆਲਾ ਪਰਾਵਾ ਅੱਜ ਦਾ ਮੌਜੂਦਾ ਸਬ ਡਿਵੀਜ਼ਨ ਫਤਿਹਪੁਰ ਜਿਹੜਾ ਹੈ ਇਸ ਦੇ ਚੌਂ ਤਰਫ ਜਿਹੜਾ ਹੈ ਨਾ ਉਹ ਕਸਟਮ ਦੀਆਂ ਪੋਸਟਾਂ ਸਨ ਗਰੀਬ ਇਲਾਕਾ ਸੀ ਉਸ ਵਕਤ ਅੱਜ ਵੀ ਉਹ ਇਲਾਕਾ ਜਿਹੜਾ ਬੜਾ ਗਰੀਬ ਹੈ ਲੇਕਿਨ ਮੈਂ ਹੈਰਾਨ ਹਾਂ ਕਿ ਕਿਉਂ ਇਤਨੀਆਂ ਕਸਟਮ ਪੋਸਟਾਂ ਉੱਥੇ ਲਗਾਈਆਂ ਗਈਆਂ ਜਾਂ ਉੱਥੇ ਕੀ ਚੀਜ਼ ਪੈਦਾ ਹੁੰਦੀ ਸੀ ਜਿਸ 'ਤੇ ਜ਼ਿਆਦਾ ਉਹ ਕਸਟਮ ਵਸੂਲ ਕਰਦਾ ਉਸ ਦੇ ਵਿੱਚ ਮਸਲਨ ਮਿਰਚ ਅਗਰ ਉੱਥੋਂ ਬਾਹਰ ਜਾਂਦੀ ਸੀ ਤਾਂ ਉਸ 'ਤੇ ਬਨਫਸ਼ਾ ਉਸਦੇ ਟੈਕਸ ਅਗਰ ਅੰਡਾ ਬਾਹਰ ਜਾਂਦਾ ਸੀ ਜਾਂ ਬਾਹਰ ਤੋਂ ਤੁਸੀਂ ਨਿਮਕ ਲੈ ਜਾਂਦੇ ਸੋ ਆਪਣੇ ਖਰਚੇ ਵਾਸਤੇ ਤਾਂ ਉਸ 'ਤੇ ਹਰ ਛੋਟੀ ਮੋਟੀ ਚੀਜ਼ 'ਤੇ ਜਿਹੜਾ ਨਾ ਉਹ ਦਰਾਮਦ ਬਰਾਮਦ ਦੋਵਾਂ ਚੀਜ਼ਾਂ 'ਤੇ ਟੈਕਸ ਆਉਂਦਾ ਸੀ ਅਤੇ ਇਸ ਵਿੱਚ ਫਿਰ ਇੱਕ ਦਿਨ ਉਹਨਾਂ ਨੇ ਪਹਿਲੇ ਤਾਂ ਇਹ ਜਦੋਜਹਿਦ ਕੀਤੀ ਕਿ ਜੀ ਇਹ ਉਠਾਈਆਂ ਜਾਣ ਪੋਸਟਾਂ ਲੇਕਿਨ ਜਿਸ ਵਕਤ ਨਾ ਕੁਛ ਹੋਇਆ ਤਾਂ ਉਹਨਾਂ ਨੇ ਫਿਰ ਇਹ ਮੀਟਿੰਗ ਕਰਕੇ ਸਾਰੇ ਇਲਾਕੇ ਦੇ ਲੋਕ ਇਕੱਠੇ ਕਰਕੇ ਅਤੇ ਇਹ ਸਰਦੀਆਂ ਦਾ ਇੱਕ ਮੌਸਮ ਸੀ ਹੁਣ ਮੈਨੂੰ ਤਾਰੀਖ ਤਾਂ ਸਹੀ ਯਾਦ ਨਹੀਂ ਲੇਕਿਨ ਇੱਕ ਦਿਨ ਉਹ ਸਾਰੀਆਂ ਪੋਸਟਾਂ ਜਿਹੜੀਆਂ ਨੇ ਉਹ ਉਹਨਾਂ ਨੇ ਜਲਾ ਦਿੱਤੀਆਂ ਜਿਸ ਦੇ ਨਤੀਜੇ 'ਚ ਫਿਰ ਜਿਸ ਤਰ੍ਹਾਂ ਮੈਂ ਪਹਿਲਾਂ ਗੁਜ਼ਾਰਿਸ਼ ਕੀਤੀ ਕਿ 80 ਲੋਕ ਗ੍ਰਿਫਤਾਰ ਹੋਏ ਔਰ ਉਹ ਕੋਈ 2 ਸਾਲ ਮੁਕੱਦਮਾ ਜਿਹੜਾ ਹੈ ਨਾ ਉਹ ਪੁੰਛ ਸ਼ਹਿਰ ਚੱਲਦਾ ਰਿਹਾ ਉਹਨਾਂ ਲੋਕਾਂ 'ਤੇ ਵਾਲ ਸਾਹਿਬ ਤਾਂ ਗ੍ਰਿਫਤਾਰ ਨਹੀਂ ਸਨ ਇਨਾਮੀ ਗ੍ਰਿਫਤਾਰੀ ਸੀ 10,000 ਰੁਪਏ ਉਹਨਾਂ ਦੀ ਲੇਕਿਨ ਉਹ ਗ੍ਰਿਫਤਾਰ ਨਹੀਂ ਹੋਏ ਔਰ ਜ਼ਫਰੁੱਲਾ ਖਾਨ ਜਿਹੜੇ ਵਜ਼ੀਰ ਖਾਰਜਾ ਗੁਜ਼ਰੇਨ ਪਾਕਿਸਤਾਨ ਦੇ ਉਹਨਾਂ ਦੇ ਭਾਈ ਸੈਦੁੱਲਾ ਖਾਨ ਜਾਂ ਅਸਦੁੱਲਾ ਖਾਨ ਉਹ ਪੈਰਵੀ ਕਰਨ ਵਾਸਤੇ ਆਏ ਔਰ ਇਹ ਕੋਈ 2 ਸਾਲ 3 ਸਾਲ ਤੋਂ ਬਾਅਦ ਫਿਰ ਜਾ ਕੇ ਤਾਂ ਰਿਹਾਈ ਮਿਲੀ